ਸਲਾਮ ਅਲੈਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ। ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਗੱਲ ਸਾਂਝੀ ਕਰਾਂਗਾ ਕਿ ਜਦੋਂ ਹਿਜਰ ਵਿਛੋੜਾ ਪੈਂਦਾ ਹੈ ਤਾਂ ਫਿਰ ਕਿਸੇ ਦੇ ਹਿੱਸੇ ਫਕੀਰੀ ਆਉਂਦੀ ਹੈ। ਫਕੀਰ ਬਣਨਾ ਬਹੁਤ ਔਖਾ ਹੈ। ਜਿਸ ਤਰ੍ਹਾਂ ਦਰਿਆਵੀ ਡਿਗਰੀਆਂ ਦੀ ਪੜ੍ਹਾਈ ਹੈ ਉਹ ਕਰੀਏ ਅਤੇ ਬੜੀ ਕੋਈ ਜਿਹੜਾ ਔਖੀ ਪੜ੍ਹਾਈ ਕਰਦਾ ਇੱਕ ਉੱਚੇ ਮੁਕਾਮ 'ਤੇ ਪਹੁੰਚਦਾ, ਇਸ ਤਰ੍ਹਾਂ ਫਕੀਰੀ ਦੀਆਂ ਮੰਜ਼ਿਲਾਂ ਤੈਅ ਕਰਨੀਆਂ ਅਤੇ ਇਹ ਮੰਜ਼ਿਲਾਂ ਤੈਅ ਕਰਕੇ ਇੱਕ ਮੁਕਾਮ 'ਤੇ ਜਾਣਾ ਅਤੇ ਫਿਰ ਉਸਦਾ ਨਾਮ ਹੁੰਦਾ ਹੈ। ਤੋ ਅੱਜ ਦਾ ਜਿਹੜਾ ਇਹ ਦੌਰ ਹੈ ਇਸ ਦੇ ਵਿੱਚ ਲੋਕ ਇਸੇ ਦੌੜ ਦੇ ਵਿੱਚ ਲੱਗੇ ਹੋਏ ਨੇ ਕਿ ਸਾਨੂੰ ਫਕੀਰੀ ਮਿਲ ਜਾਵੇ, ਸਾਨੂੰ ਕੋਈ ਮਲੰਗੀ ਮਿਲ ਜਾਵੇ, ਅਸੀਂ ਕਿਸੇ ਦੇ ਮਲੰਗ ਹੋ ਜਾਈਏ, ਰੱਬ ਦੇ ਫਕੀਰ ਹੋ ਜਾਈਏ। ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆਉਂਦੇ ਨੇ ਕਿ ਸਾਡੀ ਚੌਂਕੀ ਨਹੀਂ ਖੁੱਲ੍ਹਦੀ, ਸਾਡੇ ਸਿਰ ਪਾਉਣ ਨਹੀਂ ਆਉਂਦੀ ਅਤੇ ਸਾਡਾ ਜਦੋਂ ਪਾਉਣ ਆਉਂਦੀ ਸਿਰ ਨਹੀਂ ਘੁੰਮਦਾ। ਇਹ ਜਿਹੜੀਆਂ ਗੱਲਾਂ ਨੇ ਇਹ ਰੱਬ ਦਾ ਇਸ਼ਕ ਹਾਸਲ ਕਰਨ ਵਾਲੀਆਂ ਨੇ। ਰੱਬ ਦਾ ਇਸ਼ਕ ਹਾਸਲ ਕਰਨ ਵਾਲਾ ਜਿਹੜਾ ਇਨਸਾਨ ਹੈ ਉਹ ਹੋਰ ਹੁੰਦਾ ਹੈ, ਉਹ ਫਕੀਰ ਹੁੰਦਾ ਹੈ। ਚੇਲਾ ਬਣਨਾ ਜਾਂ ਫਕੀਰ ਬਣਨਾ, ਇਹਨਾਂ ਗੱਲਾਂ 'ਚ ਫਰਕ ਹੈ। ਆਪਣੇ ਆਪ ਦੇ ਆਪਾਂ ਜਿਹੜੇ ਆਪਣੇ ਆਪ ਨੂੰ ਮਾਰ ਕੇ ਜਦੋਂ ਅਸੀਂ ਫਕੀਰ ਬਣਦੇ ਹਾਂ ਫਿਰ ਉਹਦੇ ਦਰਜੇ ਹੋਰ ਨੇ। ਗੱਦੀ ਲਾਉਣੀ, ਚੌਂਕੀ ਲਾਉਣੀ, ਇਹ ਗੱਲੀਆਂ ਜਿਹੜੀਆਂ ਇਹ ਹੋਰ ਗੱਲਾਂ ਨੇ। ਸੋ ਆਪਾਂ ਬਹੁਤ ਸਾਰੇ ਦੋਸਤ ਹੱਕ ਦੇ ਰਾਹ 'ਤੇ ਨੇ, ਬਹੁਤ ਸਾਰੇ ਦੋਸਤ ਜਿਹੜੇ ਹੱਕ ਦੇ ਰਾਹ 'ਤੇ ਜਾਣਾ ਚਾਹੁੰਦੇ ਨੇ। ਅਤੇ ਜਦੋਂ ਅਸੀਂ ਫਕੀਰ ਬਣਨ ਦੀ ਦੌੜ ਦੇ ਵਿੱਚ ਲੱਗਦੇ ਹਾਂ ਤਾਂ ਸਾਨੂੰ ਕਿਹੜੇ ਕੰਮ ਕਰਨੇ ਪੈਂਦੇ ਨੇ ਅਤੇ ਹਿਜਰ ਵਿਛੋੜਾ ਜਿਹੜਾ ਉਹ ਸਾਨੂੰ ਜਦੋਂ ਮਿਲਦਾ ਤਾਂ ਫਿਰ ਫਕੀਰੀ ਕਿੱਦਾਂ ਮਿਲਦੀ ਹੈ, ਉਹਦੇ ਬਾਰੇ ਅੱਜ ਦੇ ਇਸ ਪੈਗਾਮ ਵਿੱਚ ਗੱਲ ਕਰਨੀ ਹੈ। ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ। ਆਓ ਅੱਜ ਦਾ ਇਹ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਹੈ ਤੋ ਹਰ ਇੱਕ 'ਤੇ ਨਿਗਾਹਬਾਨ ਹੈ। ਕਹਿੰਦੇ ਨੇ ਕਿ ਜਦੋਂ ਇਨਸਾਨ ਨੂੰ ਕੋਈ ਵਿਛੋੜਾ ਲੱਗਦਾ, ਹਿਜਰ ਵਿਛੋੜਾ, ਹਿਜਰ ਦੇ ਵਿੱਚ ਕੋਈ ਮੰਨ ਲਓ ਆਪਾਂ ਨੂੰ ਕੋਈ ਰੋਗ ਲੱਗਦਾ ਇਸ਼ਕ ਦਾ, ਤਾਂ ਫਿਰ ਕਈ ਵਾਰੀ ਜਿਹੜੀ ਹੈ ਫਕੀਰੀ ਹਿੱਸੇ ਆਉਂਦੀ ਹੈ। ਜਦੋਂ ਕੋਈ ਘਰ ਬਾਰ ਛੱਡ ਕੇ ਫਕੀਰ ਬਣਦਾ ਅਤੇ ਫਿਰ ਫਕੀਰੀ ਹਿੱਸੇ ਆਉਂਦੀ ਹੈ। ਜਦੋਂ ਕਹਿੰਦੇ ਨੇ ਕਿ ਫਕੀਰ ਬਣਨੇ ਤਾਂ ਘਰ ਬਾਰ ਛੱਡਣਾ ਪੈਣਾ, ਘਰੇ ਬਹਿ ਕੇ ਕਿਸੇ ਨੂੰ ਫਕੀਰੀ ਨਹੀਂ ਮਿਲਦੀ, ਤੋ ਇਹ ਪੈਂਦੇ ਬਹੁਤ ਲੰਬੇ ਨੇ। ਜਦੋਂ ਆਪਾਂ ਕਹਿ ਦਈਏ ਕਿ ਸਾਡੇ ਦਿਲ ਦੇ ਵਿੱਚ ਕਿਸੇ ਲਈ ਤੜਫ ਪੈਦਾ ਹੋ ਗਈ, ਕਿਸੇ ਦੀ ਯਾਦ ਦੇ ਵਿੱਚ ਅਸੀਂ ਜਾਗਣ ਲੱਗ ਪਏ, ਹਰ ਪਾਸੇ ਸਾਨੂੰ ਉਹੀ ਚੀਜ਼ ਨਜ਼ਰ ਆਉਣ ਲੱਗ ਪਈ, ਫਿਰ ਸਾਡਾ ਇਸ਼ਕ ਪੱਕਦਾ ਹੈ ਅਤੇ ਫਿਰ ਸਾਡੇ ਹਿੱਸੇ ਫਕੀਰੀ ਆਉਂਦੀ ਹੈ। ਤੋ ਇਹ ਫਕੀਰੀ ਸਿੱਖਿਆ ਨਹੀਂ ਆਉਂਦੀ, ਇਹ ਰੱਬ ਦੀ ਕਰਮਨਵਾਜ਼ੀ ਹੋਵੇ, ਸੀਨੇ ਵਿੱਚ ਤੜਫ ਪੈਦਾ ਹੋ ਜਾਵੇ ਤਦ ਇਹ ਫਕੀਰੀ ਮਿਲਦੀ ਹੈ। ਦੂਜੇ ਪਾਸੇ ਗੱਲ ਇੱਕ ਹੋਰ ਹੈ ਕਿ ਜਿਸ ਇਨਸਾਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਪਰਤ ਚੜ੍ਹੀ ਹੋਈ ਹੈ, ਮਨ ਮੈਲਾ ਹੈ, ਤਨ ਮੈਲਾ ਹੈ, ਮਨ ਦੀ ਮੈਣ ਨਹੀਂ ਲੈਂਦੀ, ਤਨ ਦੀ ਮੈਣ ਨਹੀਂ ਲੈਂਦੀ, ਜਿਸਦੇ ਅੰਦਰ ਭੁੱਖ ਹੈ, ਜਿਸਦੇ ਅੰਦਰ ਮੈਂ ਹੈ, ਗਰੂਰ ਹੈ, ਹਸਦ ਹੈ, ਬੁਗਜ਼ ਹੈ, ਕੀਮੀਆਂ, ਲੋਭ ਮੋਹੰਕਾਰ, ਉਹ ਜਿਹੜੀਆਂ ਚੀਜ਼ਾਂ ਨੇ ਇਹ ਜਿੰਨਾ ਚਿਰ ਅੰਦਰ ਨੇ ਅਤੇ ਫਕੀਰੀ ਦਾ ਮਤਲਬ ਹੀ ਨਹੀਂ ਕਿ ਫਕੀਰੀ ਆਪਾਂ ਨੂੰ ਮਿਲ ਜਾਵੇ। ਫਕੀਰ ਉਹ ਹੈ ਜਿਸ ਦੇ ਲਈ ਸਾਰੇ ਬਰਾਬਰ ਨੇ, ਸਾਰੇ ਇੱਕੋ ਹੀ ਨੇ, ਜਿਹਨੇ ਆਪਣੇ ਅੰਦਰੋਂ ਗਰੂਰ ਕੱਢਿਆ, ਮਾਣ ਕੱਢਿਆ, ਜਿਹਨੇ ਕਾਲੇ ਗੋਰੇ ਦਾ, ਉੱਚੇ ਲੰਬੇ ਦਾ, ਨੀਵੇਂ ਦਾ, ਵੱਡੇ ਦਾ, ਅਮੀਰ ਦਾ, ਗਰੀਬ ਦਾ, ਅੰਦਰੋਂ ਸਾਰਾ ਭੇਦ ਮਤਲਬ ਮੁਕਾਤਾ ਨਾ, ਉਹਦੇ ਲਈ ਗੱਲ ਇੱਕੋ ਹੈ। ਜਿਹੜਾ ਕਹਿੰਦਾ ਕਿ ਇਹ ਇਹਨਾਂ ਦਾ ਪੀਰ, ਇਹ ਸਾਡਾ ਪੀਰ, ਇਹ ਮੇਰੇ ਮੁਰਸ਼ਦ, ਇਹਦੇ ਮੁਰਸ਼ਦ, ਇਹਦਾ ਬਾਬਾ ਸਾਡਾ ਬਾਬਾ, ਇਹਨਾਂ ਦਾ ਫਕੀਰ ਸਾਡਾ ਫਕੀਰ, ਆਹ ਕਰਾਉਣਾ ਉਹ ਕਰਾਉਣਾ, ਇਹ ਜਿਹੜੀਆਂ ਗੱਲਾਂ ਜਦੋਂ ਹੁੰਦੀਆਂ ਨੇ ਤਾਂ ਇਹਦੇ ਵਿੱਚ ਫਿਰ ਫਕੀਰੀ ਨਹੀਂ ਮਿਲਦੀ। ਫਕੀਰ ਦੇ ਲਈ ਹੁੰਦਾ ਕਿ ਸਾਰੇ ਇੱਕੋ ਹੀ,
ਇੱਕੋ ਹੀ ਜੋਤ ਹੈ ਸਾਰਿਆਂ ਦੇ ਅੰਦਰ ਅਤੇ ਇੱਕੋ ਹੀ ਸਾਰੀ ਜੋਤ ਦੇ ਪ੍ਰਕਾਸ਼ ਹੈ। ਫਿਰ ਗੱਲ ਬਣਦੀ ਹੈ ਸਿਰਫ ਫਕੀਰੀ ਦੀ। ਤੋ ਫਕੀਰ ਹੋਣ ਦੇ ਲਈ ਸਾਨੂੰ ਆਪਣੇ ਆਪ ਨੂੰ ਸਾਫ਼ ਕਰਨਾ, ਭਾਂਡਾ ਸਾਫ਼ ਹੋਵੇ ਅਤੇ ਉਹਦੇ ਵਿੱਚ ਜਿਹੜੀ ਛੈ ਹੈ ਉਹ ਪੈਂਦੀ ਹੈ। ਜੇ ਆਪਾਂ ਰੋਟੀ ਖਾਣ ਦੀ ਗੱਲ ਕਰੀਏ, ਆਪਾਂ ਭਾਂਡੇ ਧੋਂਦੇ ਹਾਂ ਅਤੇ ਉਹ ਭਾਂਡਾ ਜੋ ਸਾਫ਼ ਕਰਕੇ ਵਿੱਚ ਕੁਛ ਪਾਉਂਦੇ ਹਾਂ, ਫਿਰ ਆਪਾਂ ਚੰਗਾ ਲੱਗਦਾ, ਮੈਲੇ ਭਾਂਡੇ ਵਿੱਚ ਪੈਂਦਾ ਹੀ ਨਹੀਂ, ਪਾ ਕੇ ਆਪਾਂ ਖਾ ਹੀ ਨਹੀਂ ਸਕਦੇ, ਕਹਿੰਦੇ ਵੀ ਨਹੀਂ ਭਾਂਡਾ ਮੈਲਾ, ਇਹਨੂੰ ਧੋਵੋ ਪਹਿਲਾਂ। ਇਸੇ ਤਰ੍ਹਾਂ ਜਿਸ ਭਾਂਡੇ ਵਿੱਚੋਂ ਰੱਬ ਦਾ ਨਾਮ ਆਉਣਾ ਉਹ ਭਾਂਡੇ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਉਹ ਭਾਂਡਾ ਕੀ ਹੈ? ਸਾਡਾ ਕਲਬ ਹੈ, ਸਾਡਾ ਦਿਲ ਹੈ। ਇਸ ਦਿਲ ਨੂੰ ਰੱਬੀ ਨੂਰ ਦੇ ਨਾਲ ਸਾਫ਼ ਕਰਨਾ, ਇਹ ਸਾਫ਼ ਕੌਣ ਕਰਾ ਸਕਦਾ? ਹੁਣ ਗੱਲ ਆਉਂਦੀ ਹੈ ਮੁਰਸ਼ਦ ਦੀ। ਮੁਰਸ਼ਦ ਉਹ ਹਸਤੀ ਹੈ ਕਿ ਜਿਹੜੀ ਇਨਸਾਨ ਨੂੰ ਰੱਬ ਦੇ ਰਾਹ 'ਤੇ ਤੋਰਦੀ ਹੈ, ਜਿਸਦੇ ਉੱਪਰ ਮੁਰਸ਼ਦ ਦੀ ਮਿਹਰ ਹੈ, ਜਿਸਦੇ ਉੱਪਰ ਮੁਰਸ਼ਦ ਦਾ ਹੱਥ ਹੈ, ਉਸ ਇਨਸਾਨ ਨੂੰ ਰੱਬ ਦਾ ਕੁਰਬ ਹਾਸਲ ਹੁੰਦਾ। ਨਹੀਂ ਤਾਂ ਜਿੱਦਾਂ ਮਰਜ਼ੀ ਟੱਕਰਾ ਮਾਰੀ ਜਾਈਏ, ਨਹੀਂ ਹੁੰਦਾ। ਵੱਡੇ ਵੱਡੇ ਫਕੀਰ ਹੋਏ ਨੇ। ਬਾਬਾ ਫਰੀਦ ਜੀ ਨੇ ਕਿੰਨੇ ਸਾਲ ਭਗਤੀ ਕੀਤੀ, ਜਦੋਂ ਮੁਰਸ਼ਦ ਲੜ ਲੱਗੇ ਤਾਂ ਫਿਰ ਜਿਹੜਾ ਇਸ਼ਕ ਉਹ ਫਿਰ ਰੰਗ ਲਾਇਆ। ਠੀਕ ਹੈ, ਬਾਬਾ ਫਰੀਦ ਜੀ ਇੱਕ ਐਸੇ ਫਕੀਰ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਭਗਤੀ ਕੀਤੀ, ਪਰ ਰੱਬ ਨਹੀਂ ਮਿਲਿਆ। ਰੱਬ ਉਦੋਂ ਮਿਲਿਆ ਜਦੋਂ ਮੁਰਸ਼ਦ ਦੇ ਨਾਲ ਇਸ਼ਕ ਪਿਆ। ਸੋ ਇਸ ਕਰਕੇ ਬੁੱਲੇ ਸ਼ਾਹ ਸਰਕਾਰ ਦਾ ਰੱਬ ਉਦੋਂ ਮਿਲਿਆ ਜਦੋਂ ਹਿਜਰ ਵਿਛੋੜਾ ਪੈ ਕੇ ਮੁਰਸ਼ਦ ਲੜ ਲੱਗ ਕੇ ਅਤੇ ਫਿਰ ਜਿਹੜਾ ਇਸ਼ਕ ਉਹ ਪੱਕਿਆ। ਇਸ ਤਰ੍ਹਾਂ ਹੋਰ ਬਹੁਤ ਸਾਰੇ ਫਕੀਰ ਨੇ ਜਿਨ੍ਹਾਂ ਦੀਆਂ ਆਪਾਂ ਉਦਾਹਰਣਾਂ ਦੇਖ ਸਕਦੇ ਹਾਂ। ਤੋ ਆਪਾਂ ਆਪਣੇ ਆਪ ਨੂੰ ਸਾਂਭਣਾ ਆ, ਦਿਨੋ ਦਿਨ ਆਪਾਂ ਆਪਣੇ ਆਪ ਨੂੰ ਸਾਂਭਣਾ ਆ, ਜ਼ਿਕਰ ਕਰਨਾ, ਫਕੀਰੀ ਲੈਣ ਦੇ ਉੱਪਰ ਚੱਲਣਾ ਅਤੇ ਰੱਬ ਦੀਆਂ ਜਿਹੜੀਆਂ ਗੱਲਾਂ ਸੁਣਨੀਆਂ ਕਰਨੀਆਂ, ਹਰ ਵੇਲੇ ਬੰਦਗੀ ਦੇ ਵਿੱਚ ਰਹਿਣਾ, ਹਰ ਪਾਸੇ ਰੱਬ ਦੇ ਅੱਗੇ ਇਹੀ ਆਪਾਂ ਦੁਆ ਕਰਨੀ ਕਿ ਮਾਲਕਾ ਮੈਨੂੰ ਪੰਜ ਤਨ ਪਾਕ ਦੇ ਦੀਦਾਰ ਹੋ ਜਾਣ, ਮਾਲਕਾ ਮੇਰੇ ਅੰਦਰ ਇਸ਼ਕ ਪੈਦਾ ਕਰ ਦੇ, ਮਾਲਕਾ ਮੈਨੂੰ ਆਪਣੇ ਰਾਹ 'ਤੇ ਤੋਰ, ਮੈਨੂੰ ਹੱਕ ਦੇ ਰਾਹ 'ਤੇ, ਮੈਨੂੰ ਸੱਚ ਦੇ ਰਾਹ 'ਤੇ ਮੇਰੇ ਇਸ਼ਕ ਨੂੰ ਕਾਇਮ ਕਰ, ਮੇਰਾ ਇਮਾਨ ਕਾਇਮ ਕਰ। ਫਿਰ ਉਹ ਜਿਹੜੀਆਂ ਅੰਦਰਲੀਆਂ ਜਿਹੜੀਆਂ ਅਰਵਾਹਾਂ ਜਿਹੜੀਆਂ ਖੁੱਲਦੀਆਂ, ਫਿਰ ਉਹ ਸਾਫ਼ ਹੁੰਦਾ, ਫਿਰ ਉਹ ਫਕੀਰੀ ਜਿਹੜੀ ਹੈ ਮਿਲਦੀ ਹੈ, ਫਿਰ ਹੁੱਬ ਖੁੱਲਦੀ ਹੈ। ਜਿਹਦੀ ਹੁੱਬ ਨਹੀਂ ਖੁੱਲੀ ਉਹ ਫਕੀਰ ਨਹੀਂ। ਹੁੱਬ ਦਾ ਮਤਲਬ ਕੀ ਹੁੰਦਾ ਕਿ ਜਿਹਦੀ ਨਿਗਾਹ ਨਹੀਂ ਖੁੱਲੀ। ਇਹ ਇੱਕ ਬਹੁਤ ਵੱਡੇ ਫਕੀਰ ਨੇ ਕਿਹਾ ਹੈ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ। ਉਹਨਾਂ ਨੇ ਕਿਹਾ ਕਿ ਜਿਸ ਇਨਸਾਨ ਦੀ ਹੁੱਬ ਨਹੀਂ ਖੁੱਲਦੀ ਉਹ ਫਕੀਰ ਨਹੀਂ ਗਾ। ਫਕੀਰ ਉਹ ਹੈ ਜਿਹਦੀ ਹੁੱਬ ਖੁੱਲਦੀ। ਹੁਣ ਹੁੱਬ ਉਹਦੀ ਖੁੱਲਦੀ ਹੈ ਜਿਹਦੇ ਮਨ 'ਤੇ ਮੈਲ ਹੈ ਨਹੀਂ। ਮੈਲ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹਸਤ ਬੁਗਜ਼, ਠੀਕ ਹੈ ਜੀ, ਆਪਾਂ ਇਹ ਜਿਹੜੀ ਮੈਲ ਜਦੋਂ ਲੈਂਦੀ ਹੈ ਫਿਰ ਹੁੱਬ ਖੁੱਲਦੀ ਹੈ। ਹੁੱਬ ਖੁੱਲਣ ਦਾ ਮਤਲਬ ਕਿ ਆਪਣੇ ਅੱਖਾਂ ਦਾ ਪਰਦਾ ਚੱਕ ਹੁੰਦਾ। ਅੱਖਾਂ ਦਾ ਪਰਦਾ ਕਦੋਂ ਚੱਕ ਹੁੰਦਾ? ਜਦੋਂ ਆਪਣੇ ਮਨ ਦੀ ਮੈਲ ਸਾਫ਼ ਹੁੰਦੀ ਹੈ। ਮਨ ਦੀ ਮੈਲ ਸਾਫ਼ ਕਰਨ ਲਈ ਕੀ ਕਰਨਾ ਪੈਂਦਾ? ਮੁਰਸ਼ਦ ਮੁਰਸ਼ਦ ਦਾ ਡਰ ਰੱਖਣਾ ਪੈਂਦਾ, ਆਪਣੇ ਪੀਰੋ ਮੁਰਸ਼ਦ ਦਾ ਡਰ ਰੱਖਣਾ ਪੈਂਦਾ, ਆਪਣੇ ਪੀਰ ਦਾ ਡਰ ਰੱਖਣਾ ਪੈਂਦਾ, ਰੱਬ ਦਾ ਡਰ ਰੱਖਣਾ ਪੈਂਦਾ। ਜਦੋਂ ਇਸ ਡਰ ਦੇ ਅੰਦਰ ਇਨਸਾਨ ਰਹਿੰਦਾ ਫਿਰ ਉਹਦਾ ਮਨ ਸਾਫ਼ ਹੁੰਦਾ, ਜਦੋਂ ਮਨ ਸਾਫ਼ ਹੋ ਗਿਆ ਫਿਰ ਅੱਖ ਸਾਫ਼ ਹੁੰਦੀ, ਅੱਖ ਸਾਫ਼ ਹੋ ਗਈ ਅਤੇ ਫਿਰ ਅੱਖ ਖੁੱਲ੍ਹ ਜਾਂਦੀ ਹੈ। ਅਤੇ ਜਦੋਂ ਅੱਖ ਖੁੱਲ੍ਹੀ ਹੈ ਫਿਰ ਸਾਨੂੰ ਪੀਰਾਂ ਫਕੀਰਾਂ ਦੇ ਇੰਤਜ਼ਾਰ ਹੁੰਦੇ ਨੇ। ਉੱਥੇ ਤੱਕ ਪਹੁੰਚਣਾ ਬੜਾ ਔਖਾ, ਕਿਉਂਕਿ ਅੱਧੇ ਤੋਂ ਜ਼ਿਆਦਾ ਦੁਨੀਆ ਜਿਹੜੀ ਉਹ ਕਾਮ ਨੇ ਚੱਕਰ 'ਚ ਪਈ ਹੈ। ਅੱਧੇ ਤੋਂ ਜ਼ਿਆਦਾ ਕਿ ਸਾਰੀ ਦੁਨੀਆ ਕਾਮ ਨੇ ਚੱਕਰ 'ਚ ਪਈ ਹੈ, ਕੋਈ ਬਿਰਲਾ ਬਚਦਾ, ਆਪਣੇ ਆਪ ਨੂੰ ਬਚਾਉਣਾ ਪੈਂਦਾ, ਬਚਦਾ ਕੋਈ ਨਹੀਂ। ਜਦੋਂ ਜਿਹੜਾ ਬਚ ਗਿਆ ਉਹ ਹੱਕ 'ਤੇ ਚੱਲਦਾ, ਸਾਂਭਣਾ ਪੈਂਦਾ ਹਰ ਵੇਲੇ ਆਪਣੇ ਆਪ ਨੂੰ। ਮਾੜਾ ਖਿਆਲ ਕਿ ਆਵੇ ਤਾਂ ਉਹਨੂੰ ਉਸੇ ਰੋਕੀਏ, ਅੰਦਰ ਨਾ ਜਾਣ ਦਈਏ। ਅੱਖਾਂ ਮਾੜੀਆਂ ਕਿਤੇ ਜਾਣ, ਉਹਨੂੰ ਉਸੇ ਵੇਲੇ ਰੋਕੀਏ, ਅੰਦਰ ਨਾ ਜਾਣ ਦਈਏ, ਫਿਰ ਫਕੀਰੀ ਮਿਲਦੀ ਹੈ। ਇੱਕ ਇਹ ਗੱਲ ਹੈ। ਦੂਜੀ ਇਹ ਗੱਲ ਹੈ ਉਹ ਜਿਹੜਾ ਬੰਦਾ ਸਖਾਵਤ ਦੇ ਵਿੱਚ ਰਹੇ, ਸਖੀ ਹੋਵੇ, ਕਿਸੇ ਨੂੰ ਮੰਗਣਾ ਇਹਨੂੰ ਕੁਝ ਦੇ ਦੇਵੇ, ਨਾ ਨਾ ਕਰੇ, ਫਿਰ ਜਿਹੜਾ ਵੱਡੇ ਛੋਟੇ ਦਾ ਮਾਣ ਸਤਿਕਾਰ ਕਰੇ, ਜਿਹੜਾ ਇਨਸਾਨ ਕਿਸੇ ਦੇ ਲਈ ਆਪਣੇ ਦਿਲ 'ਚ ਦੁਸ਼ਮਣੀ ਨਾ ਰੱਖੇ, ਸਾਰਿਆਂ ਲਈ ਪਿਆਰ ਰੱਖੇ, ਸਾਰਿਆਂ ਨੂੰ ਇੱਕੋ ਜਿਹਾ ਦੇਖੇ, ਜੇ ਕੋਈ ਮਾੜਾ ਕਹਿੰਦਾ ਤਾਂ ਵੀ ਭਲਾ, ਜੇ ਕੋਈ ਚੰਗਾ ਕਹਿੰਦਾ ਤਾਂ ਵੀ ਭਲਾ, ਕਿਉਂਕਿ ਸਾਰਿਆਂ ਜੀਵਾਂ ਦਾ ਇੱਕੋ ਹੀ ਦਾਤਾ ਆ। ਕੋਈ ਮਾੜਾ ਕਹਿੰਦਾ ਉਹਦਾ ਵੀ ਉਹੀ ਦਾਤਾ, ਸਭਨਾਂ ਜੀਆਂ ਦਾ ਇੱਕੋ ਹੀ ਦਾਤਾ, ਸਾਰੇ ਜੀ ਕੋਈ ਚੰਗਾ ਉਹਦਾ ਵੀ ਇੱਕੋ ਰੱਬ, ਮਾੜਾ ਉਹਦਾ ਵੀ ਇੱਕੋ ਰੱਬ,
ਕੋਈ ਗਲਤ ਕਰਦਾ ਉਹਦਾ ਵੀ ਇੱਕੋ ਰੱਬ, ਕੋਈ ਸਹੀ ਕਰਦਾ ਉਹਦਾ ਵੀ ਇੱਕੋ ਰੱਬ, ਉਹ ਕਿਸੇ ਨੂੰ ਵੀ ਭੁੱਖਿਆ ਨਹੀਂ ਪੈਣ ਦਿੰਦਾ। ਤੋ ਇਸ ਕਰਕੇ ਆਪਣੇ ਇਸ਼ਕ ਦੇ ਵਿੱਚ ਰਹੀਏ ਅਤੇ ਹਿਜਮ ਛੋੜੇ ਦੇ ਨਾਲ ਜੇ ਆਪਾਂ ਫਕੀਰੀ ਲੈਣੀ ਹੈ ਅਤੇ ਉੱਥੇ ਆਪਾਂ ਕੰਮ ਕਰੀਏ, ਆਪਣੇ ਆਪ ਨੂੰ ਸਾਫ਼ ਕਰੀਏ ਦਿਨੋਂ ਦਿਨ ਅਤੇ ਮਾਲਕ ਕਰਮ ਕਰਦਾ। ਅੱਜ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।